ਰੀਆ ਗਾਲ ਦੋਸਤੋ ਚੈਨਲ ਪੰਜਾਬ ਵੈਦਰ ਟੂਡੇ ਦੇਖ ਰਹੇ ਸਾਰੇ ਹਿੱਸਰੋਤਿਆਂ ਨੂੰ ਜੀ ਆਇਆਂ ਨੂੰ ਜਿਸ ਵੇਲੇ ਦੀ ਵੱਡੀ ਖਬਰ ਦੋਸਤੋ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ ਮਸ਼ਹੂਰ ਭਾਜਪੀ ਨੇਤਾ ਦੀ ਪੱਤੀ ਜੀ ਤੇ ਗਾਣੇ ਕੀਤਾ ਵੱਡਾ ਹਮਲਾ ਮੌਕੇ ਦਾ ਵੀਡੀਓ ਹੋ ਗਿਆ ਵਾਇਰਲਸ ਉਹ ਵੀਡੀਓ ਨੂੰ ਅੰਤ ਤੱਕ ਦੇਖਿਓ ਤੁਹਾਨੂੰ ਪੂਰੀ ਖਬਰ ਦਾ ਪਤਾ ਲੱਗ ਜਾਏਗਾ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਵੱਤੋ ਵੱਦ ਸ਼ੇਅਰ ਕਰਨਾ ਨਾ ਭੁੱਲਿਓ ਸੋ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਬੀਜੇਪੀ ਮਸ਼ਹੂਰ ਬੀਜੇਪੀ ਲੀਡਰ ਦੀ ਪਤੀਜੀ ਤੇ ਜਿਹੜਾ ਗਾਂ ਨੇ ਹਮਲਾ ਕਰ ਦਿੱਤਾ ਹੈ ਸੋ ਹਰਿਆਣਾ ਦੇ हिसार ਦੇ ਵਿੱਚ ਅਵਾਰਾ ਪਸ਼ੂਆਂ ਦੀ ਦਹਿਸ਼ਤ ਪੂਰੀਆ ਲੋਕਾਂ ਦੇ ਘਰਾਂ ਦਾ ਬਾਹਰ ਨਿਕਲਣਾ ਮੁਸ਼ਕਲ ਹੋ ਗਿਆ ਹੈ ਪਿਛਲੇ ਦਿਨੀ ਜਵਾਹਰ ਨਗਰ ਦੀ ਗਲੀ ਨੰਬਰ 3 ਵਿੱਚ ਰਹਿਣ ਵਾਲੇ 85 ਸਾਲਾ ਸੁੰਦਰ ਦਾਸ ਦੀ ਇੱਕ ਅਵਾਰਾ ਪਸ਼ੂ ਦੇ ਟਕਰਾਉਣ ਕਾਰਨ ਮੌਤ ਹੋ ਗਈ ਸੀ ਉਸ ਘਟਨਾ ਤੋਂ ਬਾਅਦ ਨਾਤਾ ਨਗਰ ਨਿਗਮ ਜਾਗਿਆ ਨਾ ਹੀ ਜ਼ਿਲ੍ਹਾ ਪ੍ਰਸ਼ਾਸਨ ਮੰਗਲਵਾਰ ਦੁਪਹਿਰ ਨੂੰ ਸ਼ਹਿਰ ਚੋਂ ਇੱਕ ਹੋਰ ਘਟਨਾ ਵਾਪਰੀ ਇੱਕ ਗਾਣੇ ਗਲੀ ਦੇ ਵਿੱਚੋਂ ਲੰਘ ਰਹੀ ਇੱਕ ਮੁਟਿਆਰ ਨੂੰ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ ਕਾਫੀ ਦੇਰ ਤੱਕ ਗਾਣੇ ਲੜਕੀ ਨੂੰ ਸੜਕ ਤੇ 끄ੜੀਸਿਆ ਲੋਕਾਂ ਦੇ ਇਕੱਠੇ ਹੋ ਕੇ ਉਸ ਦੀ ਜਾਨ ਬਚਾਈ ਲੜਕੀ ਨੂੰ ਜ਼ਖਮੀ ਹਾਲਤ ਵਿੱਚ ਸ਼ਹਿਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਜ਼ਖਮੀ ਲੜਕੀ ਪਾਚਪਾ ਨੇਤਾ ਕਰਨ ਸਿੰਘ ਦੀ ਪਤਨੀ ਜੀ ਦੱਸੀ ਜਾ ਰਹੀ ਹੈ ਇਸ ਘਟਨਾ ਦੇ ਕਾਰਨ ਕਾਰ ਦੇ ਬਾਹਰ ਲੱਗੇ ਹੋਏ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਗਈ ਲੜਕੀ ਸਮਾਨ ਲੈ ਕੇ ਕਾਰ ਪਰਤ ਰਹੀ ਸੀ। ਇੰਦਰਾ ਕਲੋਨੀ ਦੇ ਰਹਿਣ ਵਾਲੀ ਸੰਜੋਲਕਾ ਨੇ ਦੱਸਿਆ ਕਿ ਦੁਪਹਿਰ 1 ਵਜੇ ਦੇ ਕਰੀਬ ਸਮਾਨ ਲੈਣ ਦੇ ਲਈ ਬਾਹਰ ਦੁਕਾਨ ਤੇ ਗਈ ਸੀ ਜਦੋਂ ਉਹ ਕਾਰ ਪਰਤ ਰਹੀ ਸੀ ਤਾਂ ਉਸ ਦੇ ਦੌਰਾਨ ਇੱਕ ਗਾਂ ਪਿੱਛੂ ਆਈ ਤਾਂ ਉਸ ਤੇ ਹਮਲਾ ਕਰ ਦਿੱਤਾ। ਗਾਂ ਨੇ ਲੜਕੀ ਨੂੰ ਪਹਿਲਾਂ ਸਿੰਗਾ ਨਾਲ ਚੁੱਕਿਆ ਫਿਰ ਸੜਕ ਦੇ ਵਿੱਚ ਕਾਰ ਸੁੱਟ ਦਿੱਤਾ। ਫਿਰ ਉਸ ਨੂੰ ਆਪਣੇ ਪੈਰਾਂ ਨਾਲ ਦਰੜਨਾ ਸ਼ੁਰੂ ਕਰ ਦਿੱਤਾ ਲੜਕੀ ਦੇ ਸਰੀਰ ਤੇ ਸਾਟਾਂ ਲੱਗੀਆਂ ਜਿਸ ਕਾਰਨ ਬੇਹੋਸ਼ ਹੋ ਗਈ ਲੜਕੀ ਨੂੰ ਲੋਕਾਂ ਨੇ ਕਿਸੇ ਤਰ੍ਹਾਂ ਲੜਕੀ ਨੂੰ ਛੁੜਵਾਇਆ ਤੇ ਹਸਪਤਾਲ ਲਿਆ ਕੇ ਦਾਖਲ ਕਰਵਾਇਆ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਧੰਨਵਾਦ